प्यारे बच्चों आज दी अपनी पंजाबी दी जमात विच assi sikhan ge mahinیاں دے نام months of the year how many months in a year 12 इक साल विच किन्ने महीने hunde han 12 देखो मेरे नाल नाल बोल रे तुसी नंबर 1 जनवरी Number two, February. Number three, March. Number four, April. Number five, May. Number six, June. Number seven, July. Number eight, August. Number nine, September. ਨੰਬਰ 10 ਅਕਤੂਬਰ ਨੰਬਰ 11 ਨਵੰਬਰ ਨੰਬਰ 12 ਦਸੰਬਰ ਫਿਰ ਤੋਂ ਬੋਲੋ ਮੇਰੇ ਨਾਲ-ਨਾਲ ਵਿਦ ਸਪੈਲਿੰਗ ਬੋਲੋ ਜੱਜਾ ਨੰਨਾ ਵਾਵਾ ਰਾਰੇ ਨੂੰ ਬਿਆਰੀ ਜਨਵਰੀ ਨੰਬਰ 2 ਫਫਾ ਰਾਰਾ ਵਾਵਾ ਰਾਰੇ ਨੂੰ ਬਿਆਰੀ ਫਰਵਰੀ ਨੰਬਰ 3 ਮਾਰਚ ਮੰਮੇ ਨੂੰ ਕੰਨਾ ਰਾਰਾ ਚੱਚਾ ਮਾਰਚ ਨੰਬਰ 4 ਅਪ੍ਰੈਲ ਸਪੈਲਿੰਗ ਦੇਖੋ ਐਡਾ ਪੱਪਾ ਰਾਰੇ ਨੂੰ ਦੁਲਾਵਾ ਲੱਲਾ ਅਪ੍ਰੈਲ ਨੰਬਰ 5 ਮਈ ਮਮਾ ਈੜੀ ਨੂੰ ਬਿਆਰੀ ਮਈ ਨੰਬਰ 6 ਜੂਨ ਸਪੈਲਿੰਗ ਦੇਖੋ ਜਜੇ ਨੂੰ ਦੁਲੈਂਕੜ ਨੰਨਾ ਜੂਨ ਨੰਬਰ 7 ਜੁਲਾਈ ਜਜੇ ਨੂੰ ਔਂਕੜ ਲੱਲੇ ਨੂੰ ਕੰਨਾ ਈੜੀ ਨੂੰ ਬਿਆਰੀ ਜੁਲਾਈ ਨੰਬਰ 8 ਅਗਸਤ ਐੜਾ ਗੱਗਾ ਸਸਾ ਤਤਾ ਅਗਸਟ ਨੰਬਰ 9 ਸਤੰਬਰ ਸਸਾ ਤਤੇ ਉੱਪਰ ਟਿੱਪੀ ਬੱਬਾ ਰਾਰਾ ਸਤੰਬਰ ਨੰਬਰ 10 ਅਕਤੂਬਰ ਐੜਾ ਕਕਾ ਤਤੇ ਨੂੰ ਦੁਲੈਂਕੜ ਬੱਬਾ ਰਾਰਾ ਅਕਤੂਬਰ ਨੰਬਰ 11 ਨੰਨਾ ਵਾਵੇ ਨੂੰ ਟਿੱਪੀ ਬੱਬਾ ਰਾਰਾ ਨਵੰਬਰ ਨੰਬਰ 12 ਦਸੰਬਰ ਦ ਦਾ ਸਸੇ ਉੱਪਰ ਟਿੱਪੀ ਬੱਬਾ ਰਾਰਾ ਦਸੰਬਰ ਹੁਣ ਤੁਸੀਂ ਮੈਨੂੰ ਦੱਸੋ ਕਿ ਸਰਦੀਆਂ ਅਤੇ ਗਰਮੀਆਂ ਦੇ ਮਹੀਨੇ ਕਿਹੜੇ-ਕਿਹੜੇ ਹੁੰਦੇ ਹਨ ਤੁਹਾਨੂੰ ਪਤਾ ਹੈ ਸਰਦੀਆਂ ਅਤੇ ਗਰਮੀਆਂ ਦੇ ਮਹੀਨੇ ਕਿਹੜੇ-ਕਿਹੜੇ ਹੁੰਦੇ ਹਨ ਦੇਖੋ ਜਨਵਰੀ ਤੇ ਫਰਵਰੀ ਵਿੱਚ ਬਹੁਤ ਠੰਡ ਪੈਂਦੀ ਹੈ ਹੈਨਾ ਹੁਣ ਦੇਖੋ ਨਵੰਬਰ ਤੇ ਦਸੰਬਰ ਲ ਫਰਸਟ 2 ਮਹੀਨੇ ਤੇ ਲਾਸਟ ਵਾਲੇ 2 ਮਹੀਨੇ ਇਹਨਾਂ ਵਿੱਚ ਬਹੁਤ ਠੰਡ ਪੈਂਦੀ ਹੈ ਅੱਗੇ ਹੈ ਮਾਰਚ ਔਰ ਅਪ੍ਰੈਲ ਮੌਸਮ ਠੀਕ ਹੁੰਦੇ ਐਦਰ ਸਤੰਬਰ ਤੇ ਅਕਤੂਬਰ ਇਹ ਚਾਰ ਮਹੀਨੇ ਮਾਰਚ ਤੇ ਅਪ੍ਰੈਲ ਸਤੰਬਰ ਅਕਤੂਬਰ ਦੇ ਵਿੱਚ ਮੌਸਮ ਠੀਕ ਹੁੰਦੇ ਹੁਣ ਅੱਗੇ ਸਾਡੇ ਕੋਲ ਗਰਮੀ ਦੇ ਮਹੀਨੇ ਮਈ ਜੂਨ ਜੁਲਾਈ ਅਗਸਤ ਇਹ ਚਾਰ ਮਹੀਨਿਆਂ ਵਿੱਚ ਬਹੁਤ ਗਰਮੀ ਪੈਂਦੀ ਹੈ ਚਾਰ ਮਹੀਨੇ ਗਰਮੀ ਦੇ ਹੁੰਦੇ ਐ ਚਾਰ ਮਹੀਨੇ ਹੀ ਸਰਦੀ ਦੇ ਹੁੰਦੇ ਐ ਅਤੇ 4 ਮਹੀਨਿਆਂ ਵਿੱਚ ਵੈਦਰ ਜਿਹੜਾ ਹੈ ਉਹ ਬੜਾ ਅੱਛਾ ਰਹਿੰਦਾ ਹੈ ਸੁਹਾਵਣਾ ਹੁੰਦਾ ਹੈ ਠੀਕ ਹੈ ਦੇਖੋ ਮੇਰੇ ਨਾਲ ਨਾਲ ਇੱਕ ਛੋਟੀ ਜੀ ਪੁਆਇੰਟ ਬੋਲੋ ਇਸ ਮੰਸ ਦੀ 30 ਦਿਨ ਸਤੰਬਰ ਦੇ ਅਪ੍ਰੈਲ ਜੂਨ ਨਵੰਬਰ ਦੇ 30 ਦਿਨ ਸਤੰਬਰ ਦੇ ਅਪ੍ਰੈਲ ਜੂਨ ਨਵੰਬਰ ਦੇ ਇਹ ਜਿਹੜੇ ਮਹੀਨਿਆਂ ਦੇ ਮੈਂ ਨਾਲ ਲਏ ਇਹਨਾਂ ਵਿੱਚ 30 ਦਿਨ ਹੁੰਦੇ ਐ ਬਾਕੀ ਮਹੀਨਿਆਂ ਵਿੱਚ 31 ਦਿਨ ਹੁੰਦੇ ਐ 31 ਡੇਸ ਔਰ ਜਿਹੜਾ ਫਰਵਰੀ ਦਾ ਮਹੀਨਾ ਐ ਇਹਦੇ ਵਿੱਚ 28 ਔਰ 29 ਡੇਸ ਹੁੰਦੇ ਐ 28 ਔਰ 29 ਡੇਸ ਹੁੰਦੇ ਐ ਠੀਕ ਐ ਵੈਸੀ ਜਿਹੜਾ ਨਾਰਮਲ ਸਾਲ ਹੁੰਦੇ ਆ ਉਹਨਾਂ ਵਿੱਚ 28 ਡੇਸ ਹੁੰਦੇ ਐ ਫਰਵਰੀ ਦੇ ਲੇਕਿਨ ਲੀਪ ਦੇ ਸਾਲ ਵਿੱਚ 29 ਡੇਸ ਹੁੰਦੇ ਐ ਠੀਕੇ ਲੀਪ ਦਾ ਸਾਲ ਜਿਹੜਾ ਹੈ ਉਹ ਹਰ 4 ਸਾਲ ਦੇ ਵਿੱਚ ਇੱਕ ਵਾਰੀ ਆਉਂਦਾ ਹੈ ਅੰਡਰਸਟੂਡ ਹੁਣ ਤੁਸੀਂ ਇਹ ਮਹੀਨਿਆਂ ਦੇ ਨਾਂ ਜਿਹੜੇ ਆ ਆਪਣੇ ਕਾਪੀ ਦੇ ਉੱਪਰ ਸੁੰਦਰ ਲਿਖਾਈ ਵਿੱਚ ਲਿਖਨੇ ਹੈ ਅਤੇ ਨਾਲ ਹੀ ਯਾਦ ਕਰਨੇ ਹਨ